ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਕਿਸਾਨ ਵੀਰਾਂ ਦੇ ਲਈ ਨਵੀਂ ਅਪਡੇਟ ਲੈ ਕੇ ਹਾਜ਼ਰ ਆ ਜਾਣਕਾਰੀ ਕਿ ਜਿਵੇਂ ਕਿ 2 ਦਿਨ ਪਹਿਲਾਂ ਸਰਕਾਰ ਦੁਆਰਾ ਸੌਣੀ ਦੀਆਂ ਫਸਲਾਂ ਦੇ ਮੁੱਲ ਨਿਰਧਾਰ ਕੀਤੇ ਗਏ ਨੇ, ਜਿਹਦੇ ਵਿੱਚ ਵੱਖ ਵੱਖ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਗਿਆ। ਝੋਨੇ ਤੋਂ ਲੈ ਕੇ ਨਰਮਾ ਕਪਾਹ ਦੀ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਰੇਟਾਂ ਦੇ ਵਿੱਚ ਵਾਧਾ ਹੋਇਆ, ਕਿਹੜੀ ਫਸਲ ਦੇ ਵਿੱਚ ਕਿੰਨਾ ਵਾਧਾ ਹੈ। ਸੋ ਹੁਣ ਜਿਵੇਂ ਕਿ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ, ਇਹਦੇ ਵਿੱਚ ਜਵਾਰ ਦੇ ਰੇਟ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ 210 ਰੁਪਏ ਦਾ, ਅਤੇ ਜੋ ਨਵਾਂ ਰੇਟ ਹੈ ਉਹ 3180 ਰੁਪਏ ਕੁਇੰਟਲ ਕੀਤਾ ਹੈ 2970 ਤੋਂ ਵਧਾ ਕੇ। ਅਤੇ ਉਸ ਤੋਂ ਬਿਨਾਂ ਮੂੰਗੀ ਦੀ ਗੱਲ ਕਰੀਏ ਤਾਂ ਮੂੰਗੀ ਦੇ ਰੇਟ ਦੇ ਵਿੱਚ 803 ਰੁਪਏ ਦਾ ਵਾਧਾ ਹੈ ਅਤੇ ਨਵਾਂ ਰੇਟ 8558 ਰੁਪਏ ਪ੍ਰਤੀ ਕੁਇੰਟਲ ਹੈ। ਅਤੇ ਉੱਥੇ ਹੀ ਸੂਰਜਮੁਖੀ ਦੀ ਜੇਕਰ ਗੱਲ ਕਰੀਏ ਤਾਂ 360 ਰੁਪਏ ਦਾ ਵਾਧਾ ਹੋ ਕੇ ਨਵਾਂ ਰੇਟ 6760 ਰੁਪਈਏ। ਅਤੇ ਉਹ ਤੋਂ ਬਾਅਦ ਆਪਾਂ ਹੁਣ ਨਰਮੇ ਕਪਾਹ ਦੀ ਗੱਲ ਕਰੀਏ ਤਾਂ ਨਰਮੇ ਕਪਾਹ ਦੇ ਰੇਟ ਦੇ ਵਿੱਚ 640 ਰੁਪਈਏ ਦਾ ਵਾਧਾ ਹੋਇਆ ਹੈ ਅਤੇ ਰੇਟ 6380 ਤੋਂ ਵੱਧ ਕੇ 7020 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਅਤੇ ਹੁਣ ਗੱਲ ਕਰਦੇ ਹਾਂ ਸੌਣੀ ਦੀ, ਉਹ ਮੁੱਖ ਫਸਲ ਹੈ ਆਪਣਾ ਝੋਨਾ। ਝੋਨੇ ਦੇ ਰੇਟ ਦੇ ਵਿੱਚ 143 ਰੁਪਏ ਦਾ ਵਾਧਾ ਇਸ ਸਾਲ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ, ਅਤੇ ਜਿਹੜਾ ਕਿ ਰੇਟ ਜੋ ਜਿਹੜਾ ਕਾਮਨ ਰੇਟ ਹੈ ਜਿਹੜਾ ਜਿਹਨੂੰ ਆਪਾਂ ਬੀ ਗ੍ਰੇਡ ਦੀ ਝੋਨਾ ਕਹਿ ਦਈਏ ਉਹ 2040 ਤੋਂ ਵੱਧ ਕੇ 2183 ਹੈ, ਅਤੇ ਜਿਹੜਾ ਏ ਗ੍ਰੇਡ ਦਾ ਝੋਨਾ ਹੈ ਜਿਹੜਾ ਪੰਜਾਬ ਹਰਿਆਣਾ ਦਾ ਝੋਨਾ ਵਿਕਦਾ ਹੈ ਏ ਗ੍ਰੇਡ ਦੇ ਵਿੱਚ ਹੀ ਵਿਕਦਾ ਹੈ, ਅਤੇ ਪਿਛਲੇ ਸਾਲ ਰੇਟ 2060 ਸੀ ਅਤੇ ਇਸ ਸਾਲ ਵੱਧ ਕੇ ਰੇਟ 2203 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਅਤੇ 143 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸੋ ਇਸ ਸਾਲ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਜੋ ਝੋਨੇ ਦਾ ਰੇਟ ਮਿਲੇਗਾ ਉਹ 2203 ਰੁਪਏ ਹੋਵੇਗਾ। 2183 ਵਾਲਾ ਰੇਟ ਪੰਜਾਬ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਏ ਗ੍ਰੇਡ ਝੋਨੇ ਦਾ ਰੇਟ 2203 ਚੱਲਦਾ ਹੈ।